ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਵੀਰ ਜੀ। ਵਪਾਰ ਕਰਦੇ ਜੀ? ਵਪਾਰ ਵੀਰੇ ਥੋੜਾ ਥੋੜਾ ਕਰ ਲਈਦਾ। ਯਾਰ ਦੋਸਤ ਹੀ ਮੁੰਡਾ ਉਹਦੇ ਕੋਲ ਮੈਂ ਗਿਆ ਸੀ ਹਰਿਆਣੇ ਮੇਰੇ। ਮਤਲਬ ਕਰਦੇ ਆ ਵਪਾਰ? ਹਾਂਜੀ ਜੀ, ਕਰ ਲਈਦਾ। ਠੀਕ ਆ। ਕਿੰਨੇ ਟਾਈਮ ਹੋ ਗਿਆ ਕਰਦੇ ਨੂੰ? ਵੀਰੇ ਹੋ ਗਏ 2-3 ਸਾਲ ਹੋ ਗਏ। 2-3 ਸਾਲ ਹੋ ਗਏ। ਹਾਂਜੀ ਹਾਂਜੀ। ਮਾਲ ਫਿਰ ਸੁਣਿਆ ਨਹੀਂ ਉਧਰੋਂ ਹੀ ਆਉਂਦਾ? ਨਹੀਂ, ਇੱਥੋਂ ਵੀ ਖਰੀਦੀਦਾ। ਹਾਂਜੀ, ਜ਼ਿਆਦਾਤਰ ਉੱਥੋਂ ਹੀ ਲਿਆਈਦਾ ਹੁਣ। ਅਸੀਂ ਜ਼ਿਆਦਾ ਉੱਥੋਂ ਲਿਆ। ਹਾਂਜੀ ਹਾਂਜੀ। ਹਰਿਆਣੇ ਕਿਹੜੀ ਜਗ੍ਹਾ ਤੋਂ ਜੀ? ਹਾਂਜੀ ਹਰਿਆਣੇ ਤੋਂ ਹੀ। ਕਿਹੜੀ ਜਗ੍ਹਾ ਤੋਂ? ਹਿਸਾਰ ਤੋਂ ਜੀ। ਹਿਸਾਰ ਤੋਂ? ਹਾਂਜੀ ਜੀ। ਚਲੋ, ਅੱਜ ਫਿਰ ਹੁਣ ਸੇਲ ਵਾਲੀ ਕਿੰਨੀ ਹੈ ਜੀ? ਸੇਲ ਵਾਲੀਆਂ ਆਪਣੇ ਕੋਲ ਵੀਰੇ 2 ਨੇ। ਹਾਂਜੀ, ਮੱਝਾਂ। ਹਾਂਜੀ, ਤੇ ਇੱਕ ਗਾਂ ਆ। ਇੱਕ ਗਾਂ? ਹਾਂਜੀ। ਚਲੋ ਦੱਸੋ ਇਹਦੇ ਬਾਰੇ। ਗਾਂ ਆਹ ਮੱਝ ਵੀਰੇ ਦੂਜਾ ਸੂਆ ਜਿਹਦਾ। ਹਾਂਜੀ ਹਾਂਜੀ। ਬਹੁਤ ਵਧੀਆ ਠੰਡੀ ਸੀਲ ਘਰਦੀ ਆ ਉਹਨਾਂ ਦੀਆਂ ਝੋਟੀਆਂ। ਠੀਕ ਆ। ਫੁੱਲ ਗਰੰਟੀ ਤੇ ਲਈਆਂ ਆ, ਗੱਬਣਾ ਮੈਂ ਲੈਂਦਾ ਨਹੀਂ ਸੀ ਉਹਦਾ। ਹਾਂਜੀ ਹਾਂਜੀ। ਤੇ ਉਹਨਾਂ ਦੀ ਫੁੱਲ ਗਰੰਟੀ ਤੇ ਲਈਆਂ ਸੀ। ਠੀਕ ਆ, ਠੀਕ ਆ। ਤੇ ਇਹ ਹੁਣ ਦੂਜਾ ਸੋਹਣੀ ਆ। ਹਾਂਜੀ, ਦੂਜਾ ਸੋਹਣੀ ਆ। ਦੂਜਾ ਸੋਹਣੀ ਆ। ਖੋਲੋ ਫਿਰ, ਲੋ ਜੀ ਦੇਖੋ। ਖਾਸ ਹਰਿਆਣੇ ਲੈ ਕੇ ਜੀ, ਪੱਕੀ ਗੱਲ ਆ। ਖਾਸ ਹਰਿਆਣੇ ਤੋਂ ਜੀ, ਮੱਝ ਦੇਖ ਲਈ ਆ, ਤੁਹਾਨੂੰ ਦੱਸਦੇ ਆ ਥੋੜਾ ਜਿਹਾ ਕੈਮਰੇ ਕਰਕੇ ਕਰਦੀ ਆ। ਲੋ ਜੀ ਵੇਖੋ ਫਿਰ, ਜੀ ਭਾਰੀ ਮੱਝ ਆ ਤੇ ਦੇਖੋ ਲੇਵਾ। ਚਲੋ, ਬਾਕੀ ਬਿਊਟੀ ਚ 100 ਚੋਂ 100 ਨੰਬਰ ਹੈ। ਠੀਕ ਆ। ਲੇਬਰ ਇੱਥੇ ਬਣੋ, ਇੱਥੇ ਬਣੋ, ਇੱਧਰ ਬੰਦ ਹੋ, ਇੱਥੇ ਬੰਦ ਹੋ। ਹਾਂ, ਇੱਥੇ ਬੰਦ 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 ਲੇਵਾ ਲਓ। ਚੰਗਾ ਭਾਜੀ, ਲੇਵਾ ਬਹੁਤ ਸੋਹਣਾ, ਮੈਂ ਦੁੱਧ ਲਿਆ ਲੇਵਾ ਭਾਜੀ, ਫੁੱਲ ਗਰੰਟੀ ਲੈ ਗਿਆ। ਥੋੜਾ ਜਿਹਾ ਕੈਮਰੇ ਕਰਕੇ ਕਰਦੀ ਆ, ਮੈਂ ਬਹੁਤ ਜ਼ਿਆਦਾ ਠੰਡੀ ਹੈ ਜੀ, ਬਹੁਤ ਜ਼ਿਆਦਾ। ਠੀਕ ਆ। ਤੇ ਇੱਦਾਂ ਹੀ ਬਹਿ ਜਾਓ ਭਾਵੇਂ ਥੱਲੇ। ਠੀਕ ਆ ਜੀ, ਠੀਕ ਆ ਜੀ। ਚਲੋ, ਕੱਪੜੇ ਮੈਂ ਜੇ ਤੇ ਫੁੱਲ ਵਧੀਆ ਜਿਹਨੂੰ ਕਹਿ ਲਓ, ਅਗਾੜ ਵੀ ਪੂਰੀ ਆ, ਪਿਛਾੜ ਵੀ ਪੂਰੀ ਆ, ਫੁੱਲ ਗਰੰਟੀ। ਰੇਟ ਬੋਲੋ। ਰੇਟ ਵੀਰ ਜੀ, ਮੰਗਣ ਨੂੰ ਭਾਵੇਂ ਜਿੰਨਾ ਮਰਜ਼ੀ ਮੰਗ ਲਈਏ। ਹਾਂਜੀ, ਆਪਾਂ ਲੈਣ ਦੇਣ ਵਾਲੀ ਗੱਲ ਕਰਨੀ। ਹਾਂਜੀ ਹਾਂਜੀ। ਫਾਲਤੂ ਐਵੇਂ ਮੰਗ ਕੇ, ਜੇ ਮੰਨ ਲਓ 5 ਲੱਖ ਮੰਗ ਕੇ 1 ਲੱਖ ਦੀ ਦੇ ਦੇਣੀ ਹੋਈ, ਕੰਮ ਹੀ ਨਹੀਂ ਕਰਨਾ, ਨਹੀਂ ਕਰਨਾ ਜੀ। ਫਿਕਸ ਰੇਟ ਰਹੂਗਾ। ਹਾਂਜੀ ਹਾਂਜੀ। 1,45,000 ਦੀ ਦੇ ਦੇਵਾਂਗੇ, ਇਹਦੇ ਵਿੱਚੋਂ ਛੋਟ ਚੱਪਾ ਹੋਣਾ ਜੀ। ਠੀਕ ਆ। ਜੇ ਕੋਈ ਵੀਰ ਕਹੇ ਵੀ ਨਹੀਂ ਜੀ ਘੱਟ ਬਣ ਜੂ ਜਾਂ 10,000 ਜਾਂ 5,000, ਉਹਦੀ ਕੋਈ ਨਹੀਂ ਜੀ, ਰਾਇਤ ਕੋਈ ਨਹੀਂ, ਥੋੜੀ ਕਰੋਗੇ ਬਸ, ਥੋੜੀ ਕਰਾਂਗੇ ਜੀ। ਚਲੋ, ਫੁੱਲ ਫਿਕਸ ਰੇਟ ਜੀ। ਠੀਕ ਆ। ਬਾਕੀ ਸੂ ਕੇ ਦੁੱਧ ਤਿਆਰ ਹੋ ਗਿਆ। ਹਾਂਜੀ। ਤੇ ਉਦੜ ਰੇਟ ਹੋਰ ਜੀ। ਅੱਛਾ, ਇਹ ਰੇਟ ਹੁਣ ਦਾ ਆ, ਅੱਜ ਦਾ ਗੱਬਣਾ ਦਾ ਰੇਟ ਆ, ਗੱਬਣਾ ਦਾ ਰੇਟ ਆ। ਠੀਕ ਆ, ਠੀਕ ਆ। ਜਿਹੜੇ ਸੂ ਕੇ ਦੁੱਧ ਤਿਆਰ ਲੈਣਾ ਆ, ਹਾਂਜੀ, ਤੇ ਫਿਰ ਰੇਟ ਹੋਰ ਜੀ। ਚਲੋ, ਠੀਕ ਠੀਕ ਆ। ਅੱਜ ਇਹ ਸੂਈ ਆ, ਇਹ ਸੂਈ ਆ ਵੀ ਰਾਤੀ। ਅੱਛਾ, ਇਹ ਰਾਤੀ ਸੂਈ ਆ। ਹਾਂਜੀ, ਠੀਕ ਆ ਜੀ। ਤੇ ਮਗਰ ਕੱਟਾ ਲਿਓ ਉਹਦੇ ਕੋਲੇ। ਅੱਛਾ, ਆ ਕੱਟਾ ਨਾ ਜੀ। ਹਾਂ, ਠੀਕ ਆ। ਅਰੇ ਦੇਖੋ, ਮੱਝ ਦੇ ਪੂੜੇ ਵੀ ਨਹੀਂ ਚੁੱਕੇ। ਅਰੇ ਮੱਝ ਜਿਹੜੀ ਆ ਸਵੇਰੇ ਜੇ ਸੁੱਟੀ ਆ ਨੇ। ਠੀਕ ਆ ਜੀ। ਤੇ ਲਓ ਜੀ, ਇਹ ਵੀ ਚੈੱਕ ਕਰੋ ਕਰਾਂ ਦੇ। ਤੁਹਾਡਾ ਸਾਨੂੰ ਦੁੱਧ ਕਿੰਨਾ ਕਰੋਗੇ ਜੀ ਇਹ? ਦੁੱਧ ਵੀਰ ਜੀ, ਇਹ ਹੁਣ ਦੁੱਧ ਤਿਆਰ ਕਰਕੇ ਦਿਆਂਗੇ। ਅੱਛਾ, ਵੈਸੇ ਆਪਾਂ ਹੁਣ ਤੁਹਾਨੂੰ ਵੀਡੀਓ 'ਚ ਤੁਸੀਂ ਆਏ ਨੇ, ਚਲੋ ਦੂਰੋਂ ਚੱਲ ਕੇ, ਤੇ ਮੈਂ ਵੀ ਕਾਫੀ ਦਿਨਾਂ ਦਾ ਕਾਲ ਕਰੀ ਜਾਂਦਾ ਸੀ ਤੁਹਾਨੂੰ। ਬਿਲਕੁਲ ਜੀ, ਤਾਂ ਕਰਕੇ ਇਹ ਦਿਖਾਈਏ, 10 ਦਿਨਾਂ ਤੱਕ ਤੇ 16 ਕਿਲੋ ਦੁੱਧ ਤਿਆਰ ਕਰਕੇ ਦੇਵਾਂਗੇ ਜੀ। ਠੀਕ ਆ, ਠੀਕ ਆ ਜੀ। ਹਾਂਜੀ ਹਾਂਜੀ। 16 ਕਿਲੋ ਤਿਆਰ, 1,60,000 ਰੁਪਏ ਜੀ ਦਿਆਂਗੇ, ਜਦੋਂ ਦੁੱਧ ਤਿਆਰ ਹੋਊਗਾ 16 ਕਿਲੋ ਮਿਣ ਕੇ ਦੇਵਾਂਗੇ ਲੀਟਰ ਇੱਥੇ। ਅੱਛਾ, 1,60,000 ਦੀ? 1,60,000 ਦੀ ਤੋਲ ਕੇ ਦੁੱਧ ਇੱਥੇ। ਹਾਂਜੀ ਹਾਂਜੀ, ਇੱਦਾਂ ਨਹੀਂ। ਹਾਂਜੀ ਹਾਂਜੀ ਹਾਂਜੀ। ਤੇ ਹੁਣ ਕਿੰਨੇ ਦੋਗੇ ਜੀ? ਹਾਂਜੀ, ਹੁਣ ਕੋਈ ਲੈਣਾ ਚਾਹੁੰਦਾ ਬੰਦਾ, ਹਾਂਜੀ, ਤੇ ਹੁਣ 1,50,000 ਰੁਪਏ ਦੀ ਮੱਝ ਦੇ ਦਿਆਂਗੇ।
ਠੀਕ ਹੈ ਜੀ। ਸਵੇਰੇ ਮੈਂ ਇਹਦੇ ਥੱਲਿਓਂ ਬੋਲਾ ਕੱਢਿਆ ਨੇ 7 ਕਿਲੋ। ਭਾਜੀ ਗੁੱਸਾ ਨਾ ਕਰਿਆ, ਰੇਟ ਬੜਾ ਹਾਈ ਨਹੀਂ ਕਰੀ ਜਾਂਦੇ? ਨਹੀਂ ਵੀਰੇ ਰੇਟ ਹਾਈ ਨਹੀਂ ਆ ਵੀਰੇ, ਦੁੱਧ ਦੇਖਿਓ ਨਾ ਮੈਂ 16 ਕਿਲੋ ਦੀ ਗਰੰਟੀ ਲਈ ਜਾਂਦਾ। ਹਾਂਜੀ ਹਾਂਜੀ, ਦੁੱਧ ਹੈ ਨਹੀਂ ਪਰ ਇੰਨਾ ਵੀ ਹੈ ਨਹੀਂ, ਪਰ ਉਹਨਾਂ ਦਾ ਰੇਟ ਰੱਖੀ ਜੇ ਵੇਚਣੀ ਆ ਤੇ ਜਿਹੜਾ ਫਿਰ ਫੋਨ ਹੀ ਸੁਣਨੇ ਨੇ ਫਿਰ ਤਾਂ ਮੇਰੇ ਭਰਾ 2 ਲੱਖ ਕਰ ਲਓ। ਨਹੀਂ ਨਹੀਂ ਵੀਰੇ ਫੋਨ ਵਾਲੀ ਗੱਲ ਨਹੀਂ ਹੈਗੀ, ਮੱਝ ਦੇ ਥੱਲੇ ਦੁੱਧ ਤਿਆਰ ਹੋਣਾ ਨਾ ਮੇਰੇ, ਮੈਂ ਤਾਂ ਗਈ ਆ ਨਾ। ਹਾਂਜੀ ਹਾਂਜੀ, ਦੁੱਧ ਤਿਆਰ ਫੁੱਲ ਕਰੂਗੀ ਜੇ ਨਾ ਕਰੂ, ਮੈਂ ਕਹਿੰਦਾ ਵੀ ਦੁੱਧ ਤਿਆਰ ਹੋਊਗਾ ਜਦੋਂ। ਹਾਂਜੀ ਹਾਂਜੀ, ਠੀਕ ਹੈ ਨਾ, ਤੇ ਉਦੋਂ ਮੁੱਲ ਕਰ ਲਈ ਤੇ ਹੁਣ 1.5 ਲੱਖ ਰੁਪਈਆ। ਹੁਣ 1.5 ਲੱਖ ਰੁਪਈਆ ਮੇਰੇ ਕੋਲ ਫਿਰ ਤਾਂ ਇਹ ਤਾਂ ਛੋੜੀ ਕਰਨੀ ਆ, ਥੋੜ੍ਹਾ ਬਹੁਤਾ ਕਰ ਦਾਂਗੇ ਰਿਆਇਤ ਇਹਦੇ ਚੋਂ। ਕਿੰਨੀ ਕੁ ਫਿਰ ਵੀ ਕਰ ਦਿਆਂਗੇ? ਚਲੋ 45 ਦੇ ਦਿਆਂ, 45 ਇੱਕ 45 ਇੱਕ 45 ਦੇ। ਚਲੋ ਆ ਜਾਓ ਫਿਰ ਇੱਧਰ ਗਾਣੇ ਪਾਸੇ ਆ ਜਾਓ, ਆ ਜਾਓ ਆ ਜਾਓ। ਬਸ ਠੀਕ ਆ, ਮਤਲਬ ਜ਼ਿਆਦਾ ਫਿਰ ਤੁਸੀਂ ਮਾਂ ਵਾਲੋਂ ਹੀ ਵੇਚਦੇ ਆ ਵੀਰੇ? ਮੈਂ ਇਹਨੂੰ ਦੁੱਧ ਸਾਫ਼ ਕੀਤਾ ਸਵੇਰੇ, ਸਿਰਫ ਡੋਕੇ ਛੱਡਦੇ ਸੀ। ਅੱਛਾ ਜੀ, ਆਹ ਕੱਟਾ ਦੇਖੋ ਮੈਂ ਕਿਹੜੇ ਨਸਲ ਦਾ ਹੈ। ਹਾਂ ਵੇਖੋ, ਹਾਂ ਜੀ ਪਿੱਠ ਵੇਖੋ ਇਹਦੀ ਕਿੱਦਾਂ ਦੀ ਹੈ। ਆ ਨਾੜੂ ਨਾਲ ਹੈ, ਕੋਈ ਇਹੋ ਜਿਹੀ ਗੱਲ ਥੋੜੀ ਹੈਗੀ। ਸਵੇਰੇ ਦੇਰ ਸੁੱਟੀ ਹੈ ਮੈਂ, ਰਾਤ ਸੂਈ ਹੈ। ਗਾਵਾਂ ਕਿੰਨੀਆਂ ਜੀ? ਗਾਵਾਂ ਵੀਰੇ 1 ਜੇ ਗੱਭਣ ਹੈ ਜੀ? ਨਹੀਂ ਗੱਭਣ ਨਹੀਂ ਜੇ। ਹਾਂ ਜੀ, ਸੂਈ ਨੂੰ ਵੀਰੇ ਇਹਦੇ ਵਿੱਚ ਕੋਈ ਨਹੀਂ ਹੈਗਾ ਵੀ ਆਪਾਂ ਐਵੇਂ ਫੜਾ ਮਾਰੀ ਜਾਈਏ ਇਹਦੀ ਇੱਦਾਂ ਉੱਦਾਂ। ਸੂਈ ਨੂੰ ਪੱਕਾ 2 ਮਹੀਨੇ ਹੋ ਗਏ ਜੀ। ਹਾਂਜੀ ਠੀਕ ਹੈ ਜੀ, ਠੀਕ ਆ। ਤੇ 16 ਕਿਲੋ ਦੁੱਧ ਤਿਆਰ ਮਿਲੂਗਾ। ਅੱਛਾ, ਭਾਵੇਂ ਕੋਈ 4 ਡੰਗ ਚੋਵੇ, ਠੀਕ ਆ, ਤੇ ਚਾਹੇ ਕੋਈ 6 ਡੰਗ ਚੋਵੇ, ਠੀਕ ਆ, ਠੀਕ ਹੈ ਜੀ। ਹਾਂਜੀ ਲਓ ਜੀ, ਦੇਖ ਲਓ ਘਰਾਂ ਦੀ ਦੁੱਧ ਕਿੰਨਾ ਸਹੀ। ਦੁੱਧ ਵੀਰੇ 16 ਕਿਲੋ, 16 ਪੱਕਾ ਜੀ? ਪੱਕਾ 16 ਕਿਲੋ। ਲਓ ਜੀ 16 ਕਿਲੋ ਤਾਂ ਪੱਕਾ ਤੋਂ ਤਿਆਰ ਆ। 8 ਕਿਲੋ ਤੋਲ ਕੇ ਦੇਣਗੇ, 8 ਕਿਲੋ ਤੋਲ ਕੇ ਦੇਣਗੇ ਜੀ। ਆਜੋ ਆਜੋ ਆਜੋ। ਤੇ ਦੂਜੀ ਗੱਲ ਹੋਰ, ਹਾਂਜੀ ਇਹ ਗਾਂ ਬੋਲੀ ਸੀ। ਅੱਛਾ, ਟੀਕਾ ਲਾ ਕੇ ਹਟਿਆ, ਟੀਕਾ ਭਰਾ ਦਾ? ਹੁਣ ਟੀਕਾ ਭਰਾਇਆ ਜੀ, ਫਿਰ ਫਾਇਦਾ ਹੀ ਹੋ ਗਿਆ ਜੀ। ਅਰੇ 5 ਮਿੰਟ ਪਹਿਲਾਂ ਟੀਕਾ ਭਰਾ ਗਿਆ ਤੁਹਾਡੇ ਗਾੜੀ। ਨਹੀਂ ਵਧੀਆ ਹੋ ਗਿਆ, ਵਧੀਆ ਹੋ ਗਿਆ। ਲਓ ਜੀ ਵੇਖ ਲਓ ਘਰਾਂ ਦੀ, ਠੀਕ ਆ। ਤੇ ਭਾਜੀ ਫਿਰ ਇਹਦੀ ਕੀਮਤ ਆ? ਇਹਦੀ ਕੀਮਤ ਵੀਰੇ ਜਾਇਜ਼ ਜਾਇਜ਼ ਮੁੱਲ ਕਰ ਦੇਣਾ ਆਪਾਂ ਨੇ। ਹਾਂਜੀ, ਤੇਲ ਲੈਣ ਵਾਲਾ ਜੀ। ਹਾਂਜੀ ਠੀਕ ਹੈ ਜੀ, ਬਿਲਕੁਲ ਜਾਇਜ਼ ਦਾ ਮੁੱਲ ਹੈ। ਇਹ ਤੁਹਾਨੂੰ 48,000 ਦੇ ਦੇਣ, 48,000 ਦੇ, 48,000 ਦੀ 16 ਕਿਲੋ ਵਾਲੀਆਂ ਸੱਜਣਾ ਵੀਰੇ ਲੋਕੀ 80-80 90,000 ਮੰਗਣ ਡੇ ਆ। ਠੀਕ ਆ, 48,000 ਦੀ ਤੁਹਾਨੂੰ ਪੂਰੀ ਫੁੱਲ ਗਰੰਟੀ ਨੂੰ ਦੇਵਾਂਗੇ, ਦੁੱਧ ਤੋਲ ਕੇ ਦੇਵਾਂਗੇ 4 ਡੰਗ ਇੱਥੇ। ਚਲੋ ਠੀਕ ਆ, ਠੀਕ ਆ ਜੀ, ਲਓ ਜੀ ਬਸ ਠੀਕ ਆ। ਆਹੀ ਬਸ ਹੋਏ ਜੀ? ਹਾਂਜੀ ਹਾਂਜੀ ਬਾਈ। ਤੇ ਮੇਰਾ ਵੀਰ ਵੇਖੋ ਜੀ, ਆਹ ਪਸ਼ੂ ਬਾਈਆਂ ਕੋਈ ਬਰਾਕੀ ਆਰ ਚੈੱਕ ਕਰਕੇ ਚੁਆਈ ਕਰਕੇ ਨਾ ਬਾਈ ਜੀ। ਹਾਂਜੀ ਬਿਲਕੁਲ, ਚੁਆਈ ਤਸੱਲੀ ਕਰਕੇ ਬੰਦਾ। ਹਾਂ ਬਿਲਕੁਲ ਜੀ, ਠੀਕ ਆ ਜੀ। ਚਲੋ ਦੂਜੀ ਝੋਟੀ ਜਿਹੜੀ ਗੱਬਣ ਆ ਉਹ ਵੀ ਫੁੱਲ ਤਸੱਲੀ ਕਰਕੇ ਖੜੇ ਆ, ਉਹਦਾ ਜਿਹਨੇ ਖੜਨੀ ਹੈ ਘਰ ਵਾਲੇ ਬੰਦੇ ਨੇ ਖੜਨੀ ਆ, ਉਹ ਕਨੈਕਟ ਕਰ ਸਕਦਾ ਚਾਹੇ ਤੇ ਸਵਾ ਕੇ ਤੇ ਦੁੱਧ ਤਲਾ ਕੇ ਜੇ ਖੜਨੀ ਆ ਫਿਰ ਰੇਟ ਹੋਰ ਹੋਊਗਾ। ਠੀਕ ਹੈ, ਉਹ ਵੀ ਗਰੰਟੀ ਨਾਲ ਦੇਵਾਂਗੇ। ਚਲੋ ਠੀਕ ਹੈ ਜੀ, ਨੰਬਰ ਬੋਲੋ ਜੀ ਫਿਰ ਆਪਣਾ। ਇੱਕ ਮਿੰਟ ਮੈਂ, ਕੋਈ ਗੱਲ ਨਹੀਂ।